हर साल सिख मोटरसाइकिल क्लब ऑफ ओंटारियो वालों राइड फॉर राजा नाँ की राइड करवाई जाती है। इस साल भी 10वीं सालाना 10th एनुअल राइड फॉर राजा 26 जून को होने जा रही है। यह राइड 26 जून को पील चिल्ड्रन एड की बिल्डिंग तो शुरू और उत्थे ही खत्म की जाएगी। यह राइड मुख राजे की लाइफ को ध्यान में रखते हुए करवाई जाती है। इस उसके चंगे काम जिवें उस वालों लोगों की मदद करना उसकी सोच आदि नूं याद किया जाता है। 26 जून वाले दिन उसनूं याद करदे आ सिख मोटरसाइकिल क्लब वालों पील चिल्ड्रन एड्स की मदद की जाती है। Okay, so first of all, I just want to thank the Sikh community. You guys are absolutely fabulous. The support that you guys give year in and year out is just so heartwarming. I'm so happy to be part of your group and your kindness. Sick Kids Hospital is very near and dear to most of us. If you haven't been to Sick Kids, you know someone that's been touched by Sick Kids. So everyone knows how important the Sick Kids Hospital is. So our Ride for Sick Kids, is on August 7th. This year we're going to be celebrating our 14th annual ride. We attract over 600 bikes, and our Sikh community is definitely present, and we are so happy to have them and their support. So if you're able to come out, again, it's August 7th. You can visit rideforsickkids.com, and you can come visit, and you can support myself, Ride for Sick Kids, with the Sikh community, because I'm telling you, together we are making a difference, and every child deserves to be healthy. And together we can do that. ਜਿੱਦਾਂ ਕਿ ਨੈਲਾ ਜਿਹੜੇ ਕਿ ਸਿੱਖ ਕਿਡ ਰਾਈਡ ਫੋਰ ਸਿੱਖ ਕਿਡ ਦੇ ਫਾਊਂਡਰ ਨੇ, ਅਸੀਂ ਪਿਛਲੇ ਸਾਲ ਇਹਨਾਂ ਨੂੰ ਜੁਆਇਨ ਕੀਤਾ। ਇੰਨਾ ਸੋਹਣੀ ਰਾਈਡ ਇਹ ਕਰਦੇ ਨੇ, 600 ਤੋਂ ਜ਼ਿਆਦਾ ਬਾਈਕ ਸੀਗੇ ਅਤੇ ਓਵਰ $200,000 ਵਾਸ ਰੇਜ਼। ਇਹਨਾਂ ਨੇ ਆਪਣਾ ਟੀਚਾ 1 million ਦਾ ਕੀਤਾ ਹੋਇਆ, ਜੋ ਕਿ ਆਪਾਂ ਸਾਰੇ ਰਲ ਕੇ ਇਹਨਾਂ ਦੇ ਨਾਲ ਪੂਰਾ ਕਰ ਸਕਦੇ ਹਾਂ। ਅਸੀਂ ਵਧਾਈ ਦਿੰਦੇ ਹਾਂ ਇਹਨਾਂ ਦੀ ਟੀਮ ਨੂੰ ਅਤੇ ਵਧਾਈ ਦਿੰਦੇ ਹਾਂ ਸਿੱਖ ਮੋਟਰਸਾਈਕਲ ਕਲੱਬ ਨੂੰ, ਜਿਹੜਾ ਕਿ ਹੁੰਮ ਆ ਕੇ ਇਹਨਾਂ ਦੀ ਮਦਦ ਕਰਨ ਲਈ ਪਹੁੰਚਦਾ। ਇਸ ਸਾਲ ਤੁਸੀਂ ਫਿਰ ਸਾਨੂੰ ਉੱਥੇ ਮਿਲ ਸਕਦੇ ਹੋ, ਸਾਡੀ ਸਪੋਰਟ ਤਨ ਮਨ ਧਨ ਨਾਲ ਜਿਵੇਂ ਹਮੇਸ਼ਾ ਅਸੀਂ ਕਹਿੰਦੇ ਹਾਂ ਕਰ ਸਕਦੇ ਹੋ। ਸਿੱਖ ਰਾਈਡ ਫੋਰ ਸਿੱਖ ਕਿਡਸ ਨੂੰ ਸਪੋਰਟ ਕਰਨ ਲਈ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਆਪਣਾ ਮੇਲ ਜੋਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। August 7th ਰਾਈਡ ਫੋਰ ਸਿੱਖ। ਅੱਜ ਸਮੁੱਚਾ ਸਿੱਖ ਮੋਟਰਸਾਈਕਲ ਕਲੱਬ ਓਂਟਾਰੀਓ ਦੀ ਧਰਤੀ ਸ਼ਹਿਰ ਟੋਰਾਂਟੋ ਵਿਖੇ ਖੜ੍ਹਾ ਹੈ, ਜਿੱਥੇ ਇੱਕ ਬਹੁਤ ਹੀ ਜੋਸ਼ ਵਾਲਾ ਮਾਹੌਲ ਹੈ। ਸਪਰਿੰਗ ਮੋਟਰਸਾਈਕਲ ਸ਼ੋਅ ਜੋ ਕਿ ਆਲ ਓਵਰ ਓਂਟਾਰੀਓ, ਤੁਸੀਂ ਕਹਿ ਸਕਦੇ ਹਾਂ ਆਲ ਓਵਰ ਕੈਨੇਡਾ ਦੇ ਵਿੱਚੋਂ ਦੂਜੀਆਂ ਕਮਿਊਨਿਟੀਆਂ ਆਪੋ ਆਪਣੇ ਕਲੱਬਾਂ ਵੱਲੋਂ ਜਾਣਕਾਰੀ ਦਿੰਦੇ ਹਨ, ਜਿਨ੍ਹਾਂ ਦੇ ਵਿੱਚੋਂ ਸਿੱਖ ਮੋਟਰਸਾਈਕਲ ਕਲੱਬ ਪਿਛਲੇ ਲੰਮੇ ਸਮੇਂ ਤੋਂ ਇਸ ਸ਼ੋਅ ਦੀ ਸ਼ਾਨ ਵਧਾ ਰਿਹਾ ਹੈ। ਇਸ ਬੂਥ ਲਾਉਣ ਦਾ ਮੇਨ ਜਿਹੜਾ ਮਤਲਬ ਉਹ ਇਹ ਹੈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਰਸਤੇ ਸਖਾਲੇ ਹੋ ਸਕਣ। ਦਸਤਾਰ ਗੁਰੂ ਸਾਹਿਬ ਦੀ ਸਾਨੂੰ ਬਖਸ਼ੀ ਹੋਈ ਹੈ, ਪਰ ਅੱਜ ਲੋੜ ਹੈ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਸਾਡੇ ਸਿੱਖੀ ਸਰੂਪ, ਗੁਰੂ ਸਾਹਿਬ ਦਾ ਸੰਦੇਸ਼ ਅਤੇ ਸਿੱਖ ਮੋਟਰਸਾਈਕਲ ਦੇ ਜੋ ਉਪਰਾਲੇ ਪਿਛਲੇ ਸਮੇਂ ਵਿੱਚ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਜੋ ਅਸੀਂ ਸਾਰਿਆਂ ਨੇ ਤੁਹਾਡੇ ਸਹਿਯੋਗ ਦੇ ਨਾਲ ਕਰਨੇ ਹਨ। ਇਹ ਜੋ ਸ਼ੋਅ ਹੈ ਇੰਟਰਨੈਸ਼ਨਲ ਸੈਂਟਰ ਦੇ ਵਿੱਚ March 25, 26, 27 ਹਾਲ ਨੰਬਰ 2 ਦੇ ਵਿੱਚ ਭਰਵੇਂ ਇਕੱਠ ਵੱਡੇ ਹਾਲ ਹਨ, ਜਿਹਦੇ ਵਿੱਚ ਆਲ ਓਵਰ ਓਂਟਾਰੀਓ ਦੀਆਂ ਕਲੱਬਾਂ ਆਉਂਦੀਆਂ ਹਨ। ਸਿੱਖ ਮੋਟਰਸਾਈਕਲ ਕਲੱਬ ਇਸ ਸ਼ੋਅ ਦੇ ਵਿੱਚੋਂ ਅਵਾਰਡ ਵੀ ਵਿਨ ਕਰ ਚੁੱਕਾ ਹੈ। ਤੁਸੀਂ ਮੇਰੇ ਹੱਥ ਵਿੱਚ ਇੱਕ ਲੰਬੀ ਲਿਸਟ ਦੇਖ ਰਹੇ ਹੋ, ਜੋ ਅਸੀਂ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਆਲ ਓਵਰ ਕੈਨੇਡਾ ਦੇ ਵਿੱਚ ਲੀਡਿੰਗ ਚੈਰਿਟੀਜ਼ ਵਾਸਤੇ ਫੰਡ ਇਕੱਤਰ ਕਰਕੇ ਕੈਨੇਡੀਅਨ ਭਾਈਚਾਰੇ ਵਾਸਤੇ ਕਲੱਬ ਨੇ ਆਪਣਾ ਯੋਗਦਾਨ ਪਾਇਆ ਹੈ, ਜਿੱਥੇ ਅਸੀਂ ਦਸਤਾਰ ਦੀ ਪੂਰਨ ਮਾਨਤਾ ਓਂਟਾਰੀਓ ਦੇ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਘਰਸ਼ ਕਰਕੇ ਜਿੱਤੀ। 18 ਅਕਤੂਬਰ 2018 4:26 'ਤੇ ਇਹ ਕਾਨੂੰਨ ਬਣਦਾ ਹੈ, ਜਿੱਥੇ ਨਾਨਕ ਨਾਮ ਲੇਵਾ ਸਿੱਖ ਸੰਸਥਾ ਦਸਤਾਰ ਸਜਾ ਕੇ ਮੋਟਰਸਾਈਕਲ ਰਾਈਡ ਕਰ ਸਕਦੀਆਂ ਹਨ। ਗੱਲ ਮੋਟਰਸਾਈਕਲ ਰਾਈਡ ਕਰਨ ਦੀ ਨਹੀਂ, ਗੱਲ ਰਾਈਡ ਫੋਰ ਕੌਜ਼ ਹੈ। ਸਾਡੇ ਕੋਲ ਲੰਬੀ ਕਤਾਰ ਹੈ ਜਿਹਦੇ ਵਿੱਚ ਕੈਨੇਡੀਅਨ ਕੈਂਸਰ ਸੁਸਾਇਟੀ, ਬ੍ਰੈਸਟ ਕੈਂਸਰ ਅਵੇਅਰਨੈਸ ਰਾਈਡ, ਰਾਈਡ ਵਿਦ ਪ੍ਰਾਈਡ, ਟੋਏ ਰਾਈਡ, ਰਾਈਡ ਫਾਰ ਪ੍ਰੋਸਟੇਟ, ਇਹੋ ਜਿਹੀਆਂ ਜੋ ਵੱਡੀਆਂ ਰਾਈਡਾਂ ਹਨ ਸਿੱਖ ਮੋਟਰਸਾਈਕਲ ਕਲੱਬ ਨੇ ਕੀਤੀਆਂ ਹਨ। ਖਾਲਸਾ ਏਡ ਜੋ ਸਿੱਖਾਂ ਦੀ ਮਾਣ ਮੱਤੀ ਜਥੇਬੰਦੀ ਹੈ ਉਹਦੇ ਵਾਸਤੇ ਅਸੀਂ ਫੰਡ ਰੇਜ਼ ਕੀਤੇ ਹਨ, ਯੂਨਾਈਟਿਡ ਸਿੱਖਸ ਵਾਸਤੇ ਫੰਡ ਰੇਜ਼ ਕੀਤੇ ਹਨ। ਇਸੇ ਤਰ੍ਹਾਂ ਅੱਜ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ
सिख किड्स फाउंडेशन जो एक हॉस्पिटल अंटारियो की धरती से ऑल ओवर वर्ल्ड के बीमार बच्चे आके अपना इलाज करवाते हैं उन्हां वास्ते एक संस्था है सिख किड्स फाउंडेशन जिन्हां दे संचालक नैला फिग्स अज साडे दरम्यान पहुँचे हैं। असी इस संस्था का 100% जो फंड एकत्र किए जाते हैं पिछले साल भी इन्हां दी सपोर्ट की इस साल तुहाडे सारयां दे सहयोग दे नाल 7 अगस्त 2022 नूं इह राइड होण जा रही है। सिख मोटरसाइकल क्लब इहदे च लीड रोल निभा के फंड एकत्र करदा है अते तुहानूं सारयां नूं दस दईए जो पैसा एकत्र हुंदा है 100% उह इस संस्था नूं जां बाकी चैरिटीज़ नूं जांदा है। क्लब ने इहदे विचों कदी भी एक सेंट नहीं रख्या। साडे जो क्लब चलाउण दे खर्चे हन जो प्रिंट दे हन मार्केटिंग दे हन जां होर असी उह सब असी वॉलंटियर करदे हाँ। सिखी दा गुरु साहब दा संदेश असी अपनियां सेवावां वजों निभाउंदे हाँ और क्लब दी एक मामूली फीस है जो तुसी सानू सिख मोटरसाइकल क्लब ontario@gmail.com ते ईमेल करके तुसी सानू हर तरह दा सवाल पुछ सकदे हो। सो असी तुहानू सारयां नूं बेनती करदे हाँ कि तुसी सानू संपर्क करो 416-991-5555 416-230-000-6 सानू फोन करके सिख किड्स फाउंडेशन 7 अगस्त नू अपना बनदा योगदान पाइए अते इस संस्था की सपोर्ट करिए। तुहाडा सारयां दा दिल दीआं गहराइयां तों समुच्चा सिख मोटरसाइकल क्लब धन्नवाद अते रीनी रहेगा। मेरे तो पहला जिहड़े मेरे नाल दे साथी ने उन्होंने सिख किड्स राइड वास्ते दस्या अबाउट 600 राइडरस ने लास्ट ईयर ज्वाइन किया सी इस बार अबाउट 800 राइडरस इस राइड नूं ज्वाइन करनगे। आपां फंड सिख कम्यूनिटी चों इकट्ठे करके सिख किड्स की जिनी मदद हो सके उन्नी करिए उहदे वास्ते तुसीं साडे नाल संपर्क करो सानूं ज्वाइन करो साडे नाल होर तुहाडा कोई भी क्वेश्चन होवे लाइसेंस लैण दे रिगार्डिंग जां तुहानूं मोटरसाइकल वास्ते कोई होर जानकारी चाहीदी होवे अज ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਸਾਨੂੰ ਸ਼ਾਮ 5 ਵਜੇ ਤੱਕ ਇਸ ਬੂਥ 'ਤੇ ਅਸੀਂ ਅਵੇਲੇਬਲ ਹੋਵਾਂਗੇ। ਸਾਨੂੰ ਇੱਥੇ ਆ ਕੇ ਮਿਲੋ ਸਾਡੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਸਾਡਾ ਸਿਰ ਮਾਨ ਦੇ ਨਾਲ ਉੱਚਾ ਵੀ ਹੁੰਦਾ ਅਤੇ ਹੰਬਲ ਵੀ ਹਾਂ ਅਸੀਂ ਉਨੇ ਹੀ ਅਨਾਊਂਸ ਕਰਦੇ ਹੋਏ ਕਿ ਸਾਡੀ 10th ਐਨੂਅਲ ਰਾਈਡ ਰਾਈਡ ਫੋਰ ਰਾਜਾ 26 ਜੂਨ ਨੂੰ ਹੋਣ ਜਾ ਰਹੀ ਹੈ। ਅਸੀਂ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਰਾਜੇ ਦੀ ਲਾਈਫ ਨੂੰ ਸੈਲੀਬ੍ਰੇਟ ਕਰਦੇ ਹਾਂ। ਉਹਨੇ ਬਹੁਤ ਹੀ ਅੱਛੀ ਜ਼ਿੰਦਗੀ ਜੀ ਜਿਹਦੇ ਵਿੱਚ ਕਿ ਉਹ ਦੂਸਰਿਆਂ ਦੀ ਮਦਦ ਕਰਨ ਨੂੰ ਹਮੇਸ਼ਾ ਤੀਬਰ ਰਹਿੰਦਾ ਸੀ। ਅਸੀਂ ਉਹਦੀ ਸੋਚ ਨੂੰ ਲੈ ਕੇ ਅੱਗੇ ਚੱਲੇ ਅਤੇ ਅਸੀਂ ਕਮਿਊਨਿਟੀ ਨੂੰ ਵਾਪਸ ਦੇਣ ਦੇ ਵੱਲ ਕਦਮ ਵਧਾਏ। ਉਹਦੇ ਵਿੱਚ ਅਸੀਂ ਪੀਰ ਚਿਲਡਰਨਜ਼ ਏਡ ਦੀ ਮਦਦ ਕਰਦੇ ਹਾਂ। ਹਰ ਵੇਲੇ ਰੇਜ਼ ਕੀਤੇ ਹੋਏ ਫੰਡਸ 100% ਉਹਨਾਂ ਨੂੰ ਦਿੱਤੇ ਜਾਂਦੇ ਨੇ। ਸੋ ਇਸ ਵਾਰੀ ਰਾਈਡ ਫੋਰ ਰਾਜਾ ਦੀ 10th ਐਨੂਅਲ ਰਾਈਡ 26 ਜੂਨ ਨੂੰ ਪੀਰ ਚਿਲਡਰਨ ਏਡ ਦੀ ਬਿਲਡਿੰਗ ਤੋਂ ਹੀ ਸ਼ੁਰੂ ਕੀਤੀ ਜਾਏਗੀ ਅਤੇ ਉੱਥੇ ਹੀ ਖਤਮ ਕੀਤੀ ਜਾਏਗੀ। ਜੇ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਸਿੱਖ ਮੋਟਰਸਾਈਕਲ ਕਲੱਬ 'ਤੇ ਸਾਨੂੰ ਰਾਬਤਾ ਕਾਇਮ ਕਰ ਸਕਦੇ ਹੋ ਜਾਂ 905-783-8484 'ਤੇ ਫੋਨ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਅਸੀਂ ਹਮੇਸ਼ਾ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਤੁਹਾਡਾ ਉਡੀਕ ਕਰਾਂਗੇ। ਤੁਸੀਂ ਤਨ ਮਨ ਧਨ ਦੇ ਨਾਲ ਸਾਡੀ ਹੈਲਪ ਕਰ ਸਕਦੇ ਹੋ। ਇਸ ਵਾਰੀ ਸਾਡਾ ਗੋਲ ਹੈ ਕਿ ਅਸੀਂ $100,000 ਯਾਨੀ ਕਿ $1,00,000 ਉਹਨਾਂ ਨੂੰ ਇਕੱਠਾ ਕਰਕੇ ਦੇਣਾ ਚਾਹੁੰਦੇ ਹਾਂ ਅਤੇ ਸਾਡੀ ਇੱਛਾ ਹੈ ਕਿ ਸਾਡੇ ਕੋਲ 300 ਤੋਂ ਜ਼ਿਆਦਾ ਰਾਈਡਰਸ ਜ਼ਰੂਰ ਪਹੁੰਚਣ। ਇਹ ਬਿਲਕੁਲ ਪੋਸੀਬਲ ਹੈ, ਜੋ ਤੁਸੀਂ ਸੋਚਦੇ ਹੋ ਤੁਸੀਂ ਕਰ ਸਕਦੇ ਹੋ। ਬਾਬਾ ਜੀ ਆਪੇ ਹੀ ਰਾਮ ਲਾਉਂਦੇ ਰਹਿੰਦੇ ਨੇ। ਸੋ ਆਈ ਐਮ ਸ਼ੋਰ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣਾ ਗੋਲ ਓਵਰ ਅਚੀਵ ਕਰਾਂਗੇ। ਤੁਸੀਂ ਜ਼ਰੂਰ ਸਾਡੀ ਮਦਦ ਕਰਨਾ। ਸੋ ਰਾਈਡ ਫੋਰ ਰਾਜਾ ਔਨ June 26, ਪਲੀਜ਼ ਹੈਲਪ ਅਸ।